ਫਿਰ ਹੁਣ ਖੜੇ ਹੋ ਕੇ ਸਾਰੇ ਮੇਰੇ ਨਾਲ ਰਲ ਕੇ ਪੜੋ ਪੜੋਗੇ ਮੈਂ ਆਵਾਜ਼ ਹੁਣ ਤੁਹਾਡੀ ਸੁਣੀਏ ਸਦਾਵਾ ਸਦਾ ਰਵੇ ਤੇਰਾ ਦੁਬਾਰਾ ਯਾ ਹੱਥ ਖੜੇ ਕਰੋ ਸਾਰੇ ਭਾਈ ਜਿਹਨੇ ਪੜ੍ਹਨਾ ਮੇਰੇ ਨਾਲ ਹੁਣ ਸਾਰੇ ਮਿਲ ਕੇ ਮੇਰੇ ਨਾਲ ਪੜ੍ਹੀਏ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ ਸਦਾ ਵਸਦਾ ਇੰਜ ਨਹੀਂ ਬਾਈ ਬੋਲਣ ਦਾ ਆਵਾਜ਼ ਨਾਲ ਅੱਜ ਗੱਲ ਖਰਾਬ ਹੋ ਜਾਏ ਮਿਲ ਕੇ ਸਾਰੇ ਪੜੀਏ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ ਸਦਾ ਤਬਾਰਾ ਰਸੂਲ ਅੱਲਾ ਸਦਾ ਵਸਦਾ ਤਬਾਰਾ ਰਸੂਲ ਅੱਲਾ ਕਿੱਥੇ ਹੋਂਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ ਜਿੱਥੇ ਹੋਂਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ ਮੈਨੂੰ ਇਹਨਾਂ ਆਖਿਆ ਕਿ ਜੀ ਸਾਨੂੰ ਸਰਕਾਰ ਦੇ ਦਰ ਦੀ ਇੱਕ ਗੱਲ ਸੁਣਾ ਦਿਓ ਉਹੀ ਦਰ ਦੀ ਗੱਲ ਸੁਣਾਵਣ ਲੱਗਾ ਹਜ਼ਰਤ ਪੀਰ ਜਮਾਤ ਅਲੀ ਸ਼ਾਹ ਸਾਹਿਬ ਰਹਿਮਤੁੱਲਾਹ ਅਲੈਹ ਮੁਹੱਦਿਸ ਅਲੀਪੁਰੀ ਆ ਫਰਮਾਉਂਦੇ ਨੇ ਮੈਂ ਇੱਕ ਦਿਨ ਨਬੀ ਪਾਕ ਦੇ ਰੋਜ਼ਾ ਅਨਵਰ ਦੇ ਕਰੀਬ ਤੋਂ ਗੁਜ਼ਰਿਆ ਤੇ ਇੱਕ 10 ਸਾਲ ਦਾ ਛੋਟਾ ਜਿਹਾ ਬੱਚਾ ਅਰਬੀ ਲਿਬਾਸ ਪਹਿਨਿਆ ਤੇ ਨਬੀ ਪਾਕ ਦੇ ਗੁੰਬਦ ਖਿਦਰਾ ਵੱਲ ਵੇਖੀ ਜਾਵੇ ਤਾਂ ਰੋਈ ਜਾਵੇ ਤਾਂ ਰੋਈ ਜਾਵੇ ਤਾਂ ਰੋਈ ਜਾਵੇ ਤੇ ਉਹ ਪੀਰ ਜਮਾਤ ਅਲੀ ਸ਼ਾਹ ਜਿਹਦੇ ਮੁਰੀਦ ਦੇ ਪੈਰਾਂ ਥੱਲੇ ਮਦੀਨੇ ਦੇ ਕੁੱਤੇ ਦਾ ਪੈਰ ਆਇਆ ਤੇ ਆਪਣੇ ਮੁਰੀਦ ਨੂੰ ਡਾਂਟ ਕੇ ਫਰਮਾ ਮਦੀਨੇ ਦਾ ਕੁੱਤਾ ਡੂੰਡ ਕੇ ਲਿਆਓ ਉਹ ਕੁੱਤਾ ਡੂੰਡ ਕੇ ਲਿਆਏ ਤੇ ਪੀਰ ਸਈਏ ਜਮਾਤ ਅਲੀ ਸ਼ਾਹ ਲੱਖਾਂ ਮੁਰੀਦਾਂ ਦਾ ਪੀਰ ਤੇ ਸਈਏ ਜ਼ਾਦਾ ਮਦੀਨੇ ਦੇ ਕੁੱਤੇ ਦੇ ਸਾਹਮਣੇ ਹੱਥ ਜੋੜ ਕੇ ਬੈਠੇ ਤੇ ਰੋ ਕੇ ਕਹਿੰਦੇ ਨੇ ਇੱਥੇ ਹੀ ਮਾਫ਼ ਕਰਦੇ ਯਾਰ ਨੂੰ ਸ਼ਿਕਾਇਤ ਨਾ ਲਾਵੇਂ ਉਹ ਮਦੀਨੇ ਦਾ ਬੱਚਾ ਰੋਂਦਾ ਕਿਵੇਂ ਵੇਖ ਸਕਦਾ ਉਹ ਜਿਹੜਾ ਕੁੱਤੇ ਦਾ ਦੁੱਖ ਬਰਦਾਸ਼ਤ ਨਾ ਕਰੇ ਬੱਚੇ ਦੇ ਕਰੀਬ ਆ ਕੇ ਫਰਮਾ ਕਿਉਂ ਰੋਣਾ ਹੈ ਬੱਚਾ ਕਹਿਣ ਲੱਗਾ ਬਾਬਾ ਜੀ ਭੁੱਖ ਲੱਗੀ 3 ਦਿਨ ਹੋ ਗਏ ਖਾਧਾ ਕੁਛ ਨਹੀਂ ਫਰਮਾਇਆ ਘਰ ਜਾ ਨਾ ਮਾਂ ਉਡੀਕਦੀ ਹੋਵੇਗੀ ਅੱਬੂ ਉਡੀਕਦੇ ਆਉਣਗੇ ਤੇ ਬੱਚਾ ਕਹਿਣ ਲੱਗਾ ਬਾਬਾ ਜੀ ਮੈਂ ਐਵੇਂ ਤਾਂ ਨਹੀਂ ਰੋਂਦਾ ਮੇਰਾ ਹੋਇਆ ਜੋ ਕੋਈ ਨਾ ਮੈਂ ਯਤੀਮ ਹਾਂ ਮੇਰੇ ਬਾਬਾ ਟੁਰ ਗਏ ਨੇ ਮਾਂ ਵੀ ਕੋਈ ਨਹੀਂ ਪੀਰ ਜਮਾਤ ਅਲੀ ਸ਼ਾਹ ਨੂੰ ਕਹਿਣ ਲੱਗਾ ਬਾਬਾ ਜੀ ਮੈਂ ਅੱਜ ਨਬੀ ਪਾਕ ਨੂੰ ਪਿਆ ਕਹਿਣਾ ਅਨਾ ਦਈਫੁਕ ਯਾ ਰਸੂਲ ਅੱਲਾ ਕਮਲੀ ਵਾਲੇ ਅੱਜ ਮੈਂ ਤੇਰਾ ਪਰੌਣਾ ਬਣ ਕੇ ਆਇਆ ਪੀਰ ਜਮਾਤ ਅਲੀ ਸ਼ਾਹ ਉਸ ਬੱਚੇ ਨੂੰ ਲੰਗਰ ਖਾਨੇ ਲੈ ਕੇ ਲੰਗਰ ਮੰਗਵਾ ਕੇ ਰੱਖਿਆ ਫਰਮਾ ਬੇਟਾ ਖਾ ਬੱਚਾ ਖਾ ਰਿਹਾ ਫਰਮਾਇਆ ਬੇਟਾ ਤੈਨੂੰ ਪਤਾ ਮੈਂ ਕੌਣ ਆ ਕਹਿਣ ਲੱਗਾ ਮੈਨੂੰ ਨਹੀਂ ਪਤਾ ਫਰਮਾਇਆ ਮੇਰਾ ਨਾਂ ਜਮਾਤ ਅਲੀ ਸ਼ਾਹ ਹੈ ਲੱਖਾਂ ਮੁਰੀਦਾਂ ਦਾ ਪੀਰ ਹਾਂ ਆਲੇ ਰਸੂਲ ਹਾਂ ਤੇ ਪੁੱਤਰ ਇੱਥੇ ਭੁੱਖਾ ਰਹਿਣਾ ਤੇ ਤੈਨੂੰ ਪਾਕਿਸਤਾਨ ਨਾ ਲੈ ਚੱਲਾਂ ਪਾਕਿਸਤਾਨ ਨਾ ਲੈ ਚੱਲਾਂ ਉੱਥੇ ਮਾਂ ਦਾ ਪਿਆਰ ਵੀ ਦੇਵਾਂਗਾ ਬਾਪ ਦਾ ਪਿਆਰ ਵੀ ਦੇਵਾਂਗਾ ਖਾਣਾ ਵੀ ਸੋਹਣਾ ਤੇ ਲੋਕ ਤੇਰੇ ਹੱਥ ਚੁੰਮਣਗੇ ਮਦੀਨੇ ਦਾ ਬੱਚਾ ਆ ਗਏ ਬੱਚੇ ਨੇ ਲੁਕਮਾਲਾਬਾ ਦੇ ਕਰੀਬ ਲਿਆ ਕੇ ਰੱਖ ਦਿੱਤਾ ਪੀਰ ਜਮਾਤ ਅਲੀ ਸ਼ਾਹ ਨੂੰ ਲੈ ਕੇ ਨਬੀ ਕਰੀਮ ਦੇ ਰੋਦੇ ਵੀ ਆ ਗਿਆ ਰੋਦੇ ਵਾਲੀ ਇਸ਼ਾਰਾ ਕਰਕੇ ਕਹਿਣ ਲੱਗਾ ਬਾਬਾ ਤੇਰੇ ਪਾਕਿਸਤਾਨ ਮਾਂ ਦਾ ਪਿਆਰ ਵੀ ਲੱਭੇਗਾ ਫਰਮਾਇਆ ਲੱਭੇਗਾ ਅਖੇ ਬਾਪ ਦਾ ਪਿਆਰ ਵੀ ਲੱਭੇਗਾ ਫਰਮਾਇਆ ਲੱਭੇਗਾ ਅਖੇ ਉੱਥੇ ਨਬੀ ਦਾ ਰੋਜ਼ਾ ਵੀ ਲੱਭੇਗਾ
ਪਾਪਾ ਪੀਰ ਜਮਾਤ ਅਲੀ ਸ਼ਾਹ ਦੀ ਚੀਸ ਨਿਕਲ ਗਈ। ਫਰਮਾਇਆ ਪੁੱਤਰਾ ਇਹ ਉੱਥੇ ਲੱਭਦਾ ਆਉਂਦਾ ਹੂੰ ਮਦੀਨੇ ਕੀ ਲੈਣ ਆਉਣਾ ਸੀ। ਪਾਚਾ ਦਾਮਨ ਛੁੜਾ ਕੇ ਦੌੜ ਗਿਆ, ਮੁੜ ਕੇ ਕਹਿਣ ਲੱਗਾ ਪਾਪਾ ਰੱਖੇ ਆਪਣਾ ਪਾਕਿਸਤਾਨ ਕੋਲ, ਮੈਂ ਅੰਮਾ ਬਗੈਰ ਰਹਿ ਸਕਣਾ, ਅੱਬੇ ਬਗੈਰ ਰਹਿ ਸਕਣਾ, ਮੈਂ ਖੋਨੇ ਬਗੈਰ ਰਹਿ ਸਕਣਾ, ਮਦੀਨੇ ਵਾਲੇ ਬਗੈਰ ਨਹੀਂ ਰਹਿ ਸਕਣਾ। ਨਹੀਂ ਨਾ ਰਹਿ ਸਕਦਾ ਉਹ ਬੰਦਾ ਤਸੱਵਰ ਕਰ ਲੋ ਤੇ ਹਜ਼ੂਰ ਨੂੰ ਇੰਜ ਆਵਾਜ਼ ਮਾਰੀਏ ਕਿ ਅੱਜ ਹਜ਼ੂਰ ਆਈ ਜਾਵਨ। ਉਹ ਬੱਚਾ ਨਾਲੇ ਦੌੜਿਆ, ਨਾਲੇ ਦੌੜਦਾ ਨਾਲੇ ਆਵਾਜ਼ਾਂ ਦਿੰਦਾ ਜਾ ਰਿਹਾ ਤੇ ਪੜਦਾ ਜਾ ਰਿਹਾ, ਸਦਾ ਵਸਦਾ ਰਵੇ ਤੇਰਾ ਤਬਾਰਾ ਯਾ ਰਸੂਲ ਅੱਲਾ, ਸਦਾ ਵਸਦਾ ਰਵੇ ਤੇਰਾ ਤਬਾਰਾ ਯਾ ਰਸੂਲ ਅੱਲਾ। ਹੁਣ ਜਿਹਨੂੰ ਜਿਹਨੂੰ ਲੱਗਦਾ ਮੈਂ ਲੰਗਰ ਮਦੀਨੇ ਉੱਪਰ ਨਾਲ, ਉਹ ਬੰਦਾ ਹੱਥ ਖੜਾ ਕਰਕੇ ਮੇਰੇ ਨਾਲ ਉੱਚੀ ਆਵਾਜ਼ ਨਾਲ ਪੜਿਆ ਜਾਏ, ਸਦਾ ਵਸਦਾ ਰਵੇ ਤੇਰਾ ਤਬਾਰਾ ਯਾ ਰਸੂਲ ਅੱਲਾ, 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 ਸਦਾ ਵਸਦਾ ਤਬਾਰਾਇਆ ਰਸੂਲ ਅੱਲਾ, ਸਦਾ ਵਸਦਾ ਰਵੇ ਤੇਰਾ ਤਬਾਰਾਇਆ ਰਸੂਲ ਅੱਲਾ। ਕਿੱਥੇ ਹੋਂਦਾ ਗਰੀਬਾਂ ਦਾ ਗੁਜ਼ਾਰਾ ਯਾ। ਸਾਰਿਆਂ ਪਾਕਿਸਤਾਨ ਤੋਂ ਟੁਰੀਏ ਨਾ ਤੇ ਮਾਈਆਂ ਵਡੇਰੀਆਂ ਲਿਆ ਕੇ ਨਾ ਦਾਣੇ ਦਿੰਦੀਆਂ ਥੋੜੇ ਥੋੜੇ, ਕਹਿੰਦੀਆਂ ਆਸੀ ਸਾਹਿਬ ਜਦੋਂ ਮਦੀਨੇ ਜਾਓ ਨਾ ਤੇ ਉੱਥੇ ਮਦੀਨੇ ਦੇ ਕਬੂਤਰਾਂ ਨੂੰ ਦਾਣੇ ਪਾ ਦਿਆ ਜੇ। ਉੱਥੇ ਫਿਰ ਹਾਜੀ ਜਦੋਂ ਕਬੂਤਰ ਚੌਕ ਵਿੱਚ ਜਾਂਦੇ ਨਾ ਉੱਥੇ ਦਾਣੇ ਪਾਉਂਦੇ, ਕਬੂਤਰ ਆ ਕੇ ਖਾਂਦੇ। ਅਤੇ ਮੈਂ ਹਰ ਸਾਲ ਸੋਚਣਾ ਵਾਹ ਹੋਏ ਮਦੀਨੇ ਦੇ ਉਹ ਕਬੂਤਰੋ, ਸਾਡੇ ਪਾਕਿਸਤਾਨ ਅਤੇ ਪਰਿੰਦੇ ਸਵੇਰੇ ਮਸ਼ਰਕ ਵੱਲ ਉੱਡਦੇ ਅਤੇ ਮਗਰਿਬ ਵੱਲ ਜਾਂਦੇ, ਸਾਰਾ ਦਿਨ ਆਪਣੇ ਦਾਣੇ ਚੁੱਗ ਕੇ ਅਤੇ ਸ਼ਾਮ ਨੂੰ ਮਗਰਿਬ ਤੋਂ ਮਸ਼ਰਕ ਵੱਲ ਡਾਰਾਂ ਦੀਆਂ ਡਾਰਾਂ ਆਉਂਦੇ ਨੇ, ਅਤੇ ਸਾਡੇ ਪਰਿੰਦੇ ਤੋਂ ਸੁਬਹ ਜਾਂਦੇ ਅਤੇ ਸ਼ਾਮ ਤੱਕ ਦਾਣੇ ਚੁਣ ਕੇ ਆਪ ਆਉਂਦੇ ਨੇ। ਤੁਸੀਂ ਮੁਹੰਮਦ ਦੇ ਬੂਹੇ 'ਤੇ ਬੈਠੇ ਹੋ ਅਤੇ ਦਾਣੇ ਟੁਰ ਟੁਰ ਕੇ ਪਾਕਿਸਤਾਨ ਤੋਂ ਆਪ ਪਏ ਆਉਂਦੇ ਨੇ। ਉਹ ਕਬੂਤਰ ਮੁਹੰਮਦ ਅਰਬੀ ਦੇ ਬੂਹੇ 'ਤੇ ਬੈਠੇ ਅਤੇ ਦਾਣੇ ਟੁਰ ਟੁਰ ਪਾਕਿਸਤਾਨ ਅਤੇ ਪੂਰੀ ਦੁਨੀਆ 'ਚ ਉਹਨਾਂ ਵਾਸਤੇ ਜਾਂਦੇ। ਉਹ ਕਬੂਤਰ ਵੀ ਤਾਂ ਕਹਿੰਦੇ ਹੋਣਗੇ ਨਾ ਸਦਾ ਵਸਦਾ ਰਵੇ ਤੇਰਾ ਦਵਾਰਾ
ਅੱਛਾ ਜਿਹਨੂੰ ਲੱਗਦਾ ਮੇਰਾ ਦਰ ਤੇ ਘਰ ਨਬੀ ਦੇ ਵਿਹੜੇ ਦੇ ਸਦਕੇ ਵਸਦਾ, ਉਹ ਬੰਦਾ ਹੱਥ ਖੜਾ ਕਰੇ ਬਾਈ, ਹੱਥ ਇੱਥੇ 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 ਹੀ ਹੱਥ ਰੱਖਿਓ। ਹੁਣ ਏਡੀ ਉੱਚੀ ਆਵਾਜ਼ ਨਾਲ ਪੜੋ ਸਾਰੇ, ਹੁਣ ਸਾਰੇ ਮਿਲ ਕੇ ਮੇਰੇ ਨਾਲ ਪੜੀਏ, ਸਦਾ ਵਸਦਾ ਰਵੇ ਤੇਰਾ ਤਬਾਰਾ ਯਾ ਰਸੂਲ ਅੱਲਾ, 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 ਕਿੱਥੇ ਹੋਂਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ, ਕਿੱਥੇ ਹੋਂਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ। ਬਸ ਬਈ ਲਾਹੌਰ ਦੇ ਬਦਤ ਬੇਟਾ, ਬਿਸਮਿਲਲਾ ਮੇਰੀ ਜਾਨ, ਅੱਲਾ ਕਬੂਲ ਫਰਮਾਏ, ਕਬੂਲ ਫਰਮਾਏ। ਫਜਰ ਦੀ ਅਜ਼ਾਨ ਹੋ ਗਈ, ਫਜਰ ਦੀ ਨਮਾਜ਼ ਦਾ ਵੇਲਾ, ਹੁਣ ਘਰ ਨਾ ਜਾਇਓ, ਇੱਥੋਂ ਸਿੱਧੇ ਮਸਜਿਦ 'ਚ ਜਾਇਓ। ਜਾਓਗੇ ਨਾ ਬਾਈ, ਜਾਓਗੇ ਨਾ ਸਾਰੇ ਮਸਜਿਦ 'ਚ, ਹੈਂ ਮਸਜਿਦ 'ਚ ਸਿੱਧਾ ਜਾਓ, ਵਜ਼ੂ ਕਰੋ, ਨਮਾਜ਼ ਫਜਰ ਅਦਾ ਕਰੋ। ਯਕੀਨ ਕਰੋ, ਜਿੰਨੇ ਫਜਰ ਨਾ ਪੜ੍ਹੀ ਉਹਦੀ ਰਾਤ ਦੀ ਮਹਿਫਲ ਕਬੂਲ ਨਹੀਂ ਹੋਣੀ। ਜੇ ਕਬੂਲੀਅਤ ਕਰਾਣੀ ਹੈ ਤਾਂ ਜਾ ਕੇ ਫਜਰ ਦੀ ਹੁਣ ਨਮਾਜ਼ ਪੜ੍ਹੋ, ਬਾਅਦ ਜਮਾਤ ਪੜ੍ਹੋ। ਅੱਲਾਹ ਤਾਲਾ ਤੌਫੀਕ ਅਤਾ ਫਰਮਾ।